ਕਹਾਵਤਾਂ ਦੀ ਕਿਤਾਬ ਅਧਿਆਇ 1 ਇਜ਼ਰਾਈਲ ਦੇ ਰਾਜਾ ਦਾਊਦ ਦੇ ਪੁੱਤਰ ਸੁਲੇਮਾਨ ਦੀਆਂ ਕਹਾਵਤਾਂ ਇਨ੍ਹਾਂ ਕਹਾਵਤਾਂ ਦੁਆਰਾ ਮਨੁੱਖ ਬੁੱਧੀ ਤੇ ਲਾਭਕਾਰੀ ਹਦਾਇਤਾਂ ਨੂੰ ਪ੍ਰਾਪਤ ਕਰ ਸਕਦਾ ਹੈ ਇਨ੍ਹਾਂ ਦੁਆਰਾ ਗੂੜੀਆਂ ਗੱਲਾਂ ਦੀ ਤਹਿ ਤੱਕ ਪਹੁੰਚਿਆ ਜਾ ਸਕਦਾ ਹੈ ਇਹਨਾਂ ਕਹਾਵਤਾਂ ਦੁਆਰਾ ਮਨੁੱਖ ਸਿੱਖ ਸਕਦਾ ਹੈ ਕਿ ਕਿਸ ਤਰ੍ਹਾਂ ਸਮਝ ਭਰਿਆ ਜੀਵਨ ਭਲਾ ਨਿਆਂਪੂਰਵਕ ਅਤੇ ਪੱਖਰਹਿਤ گزارਿਆ ਜਾ ਸਕਦਾ ਹੈ ਇਹਨਾਂ ਦੇ ਪੜਨ ਨਾਲ ਸਿੱਧਾ ਮਨੁੱਖ ਚਤੁਰ ਬਣ ਸਕਦਾ ਹੈ ਅਤੇ ਜਵਾਨ ਨੂੰ ਸਮਝ ਸੂਝ ਮਿਲ ਸਕਦੀ ਹੈ ਇਹਨਾਂ ਦੁਆਰਾ ਬੁੱਧੀਮਾਨ ਮਨੁੱਖ ਦੀ ਸਮਝ ਵੱਧਦੀ ਜਾਂਦੀ ਅਤੇ ਗਿਆਨੀ ਮਨੁੱਖ ਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਮਨੁੱਖ ਕਹਾਵਤਾਂ ਦ੍ਰਿਸ਼ਟਾ ਬੁੱਧੀਮਾਨ ਤੇ ਗੂੜੇ ਵਚਨਾ ਤੇ ਪਹੇਲੀਆਂ ਨੂੰ ਸਮਝ ਸਕਦਾ ਹੈ। ਪ੍ਰਭੂ ਦਾ ਡਰ ਬੁੱਧੀ ਦਾ ਮੂਲ ਹੈ। ਮੂਰਖ ਮਨੁੱਖ ਬੁੱਧ ਤੇ ਸਿੱਖਿਆ ਨੂੰ ਤੁੱਛ ਸਮਝਦਾ ਹੈ। ਮੇਰੇ ਪੁੱਤਰ ਤੂੰ ਆਪਣੇ ਪਿਤਾ ਦੀਆਂ ਹਦਾਇਤਾਂ ਅਤੇ ਮਾਤਾ ਦੀ ਸਿੱਖਿਆ ਉਤੇ ਧਿਆਨ ਕਰ। ਇਹ ਤੇਰੇ ਆਚਰਣ ਨੂੰ ਉਸੇ ਤਰ੍ਹਾਂ ਸੁੰਦਰ ਬਣਾਉਣਗੀਆਂ ਜਿਸ ਤਰ੍ਹਾਂ ਸਿਰ ਦਾ ਸੇਰਾ ਅਤੇ ਗਲ ਦਾ ਕੈਂਠਾ ਪਹਿਨਣ ਤੇ ਤੇਰੇ ਵਿੱਚ ਫਰਕ ਆ ਜਾਂਦਾ ਹੈ। ਮੇਰੇ ਪੁੱਤਰ ਜਦੋਂ ਪਾਪੀ ਤੈਨੂੰ ਆਪਣੇ ਨਾਲ ਮਿਲਣ ਲਈ اکਸਾਉਣ ਤਾਂ ਤੂੰ ਉਹਨਾਂ ਦੇ ਨਾਲ ਨਾ ਮਿਲਣਾ ਜੇਕਰ ਉਹ ਕਹਿਣ ਆ ਅਸੀਂ ਮਿਲ ਕੇ ਕਿਸੇ ਨੂੰ ਲੱਭਣ ਅਤੇ ਉਸ ਦਾ ਖੂਨ ਕਰੀਏ ਜਾਂ ਆਪਣੇ ਆਨੰਦ ਲਈ ਮਾਸੂਮ ਉੱਤੇ ਹੱਲਾ ਬੋਲੀਏ ਅਸੀਂ ਉਹਨਾਂ ਨੂੰ ਜਿਉਂਦਿਆਂ ਜਿਸ ਤਰ੍ਹਾਂ ਹੀ ਪਤਾਲ ਜਾਂ ਕਬਰ ਮੁਰਦੇ ਨੂੰ ਨਿਕਲ ਜਾਂਦੀ ਹੈ ਹੜੱਪ ਕਰ ਜਾਵਾਂਗੇ ਸਾਡੇ ਹੱਥੀਂ ਬਹੁਤ ਸਾਰਾ ਬਹੁਮੁੱਲਾ ਲੁੱਟਦਾ ਮਾਲ ਆਵੇਗਾ ਜਿਸ ਨਾਲ ਅਸੀਂ ਆਪਣੇ ਘਰ ਭਰ ਲਵਾਂਗੇ ਤੂੰ ਸਾਡੇ ਦਲ ਵਿੱਚ ਆਮਲ ਤਾਂ ਸਾਡਾ ਸਭ ਦਾ ਇੱਕੋ ਹੀ ਵਟੂਆ ਹੋਵੇਗਾ ਪਰ ਮੇਰੇ ਪੁੱਤਰ ਤੂੰ ਇਹੋ ਜਿਹੇ ਲੋਕਾਂ ਦਾ ਸਾਥ ਨਾ ਦੇ ਸਗੋਂ ਤੂੰ ਆਪਣੇ ਪੈਰਾਂ ਨੂੰ ਅੱਗੇ ਵਧਣ ਤੋਂ ਰੋਕ ਉਹਨਾਂ ਦੇ ਪੈਰ ਤਾਂ ਬੁਰਾਈ ਦੇ ਰਾਹ ਉੱਤੇ ਬਿਨਾਂ ਰੁਕਿਆਂ ਚੱਲਦੇ ਨੇ ਅਤੇ ਉਹ ਹਰ ਸਮੇਂ ਖੂਨ ਡੋਲਣ ਦੇ ਲਈ ਤਿਆਰ ਰਹਿੰਦੇ ਹਨ ਪੰਛੀਆਂ ਦੇ ਦੇਖਦਿਆਂ ਜਾਲ ਵਿਛਾਉਣ ਦਾ ਕੋਈ ਲਾਭ ਨਹੀਂ ਹੈ ਪਰ ਇਹੋ ਜਿਹੇ ਲੋਕ ਆਪਣੇ ਆਪ ਲਈ ਜਾਲ ਵਿਛਾਉਂਦੇ ਨੇ ਜਿਸ ਵਿੱਚ ਉਹ ਫਸ ਕੇ ਮਰ ਜਾਂਦੇ ਨੇ ਹਿੰਸਕ ਲੋਕਾਂ ਦਾ ਆਪ ਵੀ ਉਹ ਹਾਲ ਹੁੰਦਾ ਹੈ ਜੋ ਦੂਜਿਆਂ ਦਾ ਕਰਦੇ ਹਨ ਉਹ ਆਪ ਹੀ ਆਪਣੀ ਹਿੰਸਾ ਨਾਲ ਮਰ ਜਾਂਦੇ ਹਨ ਸੁਣੋ ਬੁੱਤੀ ਗਲੀਆਂ ਤੇ ਵਿਚਾਰਾਂ ਵਿੱਚ ਉੱਚੀ ਉੱਚੀ ਬੁਲਾ ਰਹੀ ਹੈ ਉਹ ਨਗਰ ਦੇ ਫਾਟੇ ਕੋਲ ਅਤੇ ਜਿੱਥੇ ਕਿਤੇ ਵੀ ਲੋਕ ਇਕੱਠੇ ਹੁੰਦੇ ਹਨ ਉਹ ਉਹਨਾਂ ਨੂੰ ਇਸ ਤਰ੍ਹਾਂ ਬੁਲਾਉਂਦੀ ਹੈ ਮੂਰਖ ਲੋਕੋ ਤੁਸੀਂ ਕਦੋਂ ਤੱਕ ਮੂਰਖ ਬਣੇ ਰਹੋਗੇ ਤੁਸੀਂ ਕਦੋਂ ਤੱਕ ਬੁੱਧੀ ਨੂੰ ਤੁੱਛ ਜਾਣਦੇ ਰਹੋਗੇ ਤੁਸੀਂ ਮੇਰੀ ਤਾੜਨਾ ਉੱਤੇ ਧਿਆਨ ਦੇਵੋ ਤਾਂ ਮੈਂ ਤੁਹਾਨੂੰ ਆਪਣੀ ਸਮਝ ਦਾ ਆਤਮਾ ਦੇਵਾਂਗੀ ਅਤੇ ਤੁਹਾਡੇ ਉੱਤੇ ਆਪਣੇ ਸ਼ਬਦਾਂ ਦਾ ਭੇਤ ਪ੍ਰਗਟ ਕਰਾਂਗੀ ਮੈਂ ਤੁਹਾਨੂੰ ਬੁਲਾਇਆ ਅਤੇ ਤੁਹਾਨੂੰ ਸੱਦਾ ਦਿੱਤਾ ਪਰ ਤੁਸੀਂ ਮੇਰੀ ਨਾ ਸੁਣੀ ਅਤੇ ਨਾ ਹੀ ਮੇਰੀ ਕੋਈ ਪਰਵਾਹ ਕੀਤੀ ਤੁਸੀਂ ਮੇਰੀ ਸਲਾਹ ਨਾ ਮੰਨੀ ਅਤੇ ਨਾ ਹੀ ਮੇਰੀ ਤਾੜਨਾ ਦੀ ਪਰਵਾਹ ਕੀਤੀ ਹੈ ਇਸ ਲਈ ਮੈਂ ਵੀ ਤੁਹਾਡੇ ਦੁੱਖ ਸਮੇਂ ਤੁਹਾਡੇ ਉੱਤੇ ਹੱਸਾਂਗੀ ਅਤੇ ਜਦੋਂ ਤੁਹਾਡੇ ਉੱਤੇ ਵਿਪਤਾ ਆ ਪਵੇਗੀ ਤਾਂ ਮੈਂ ਤੁਹਾਨੂੰ ਠੱਠੇ ਕਰਾਂਗੀ ਇਹ ਵਿਪਤਾ ਤੁਹਾਡੇ ਉੱਤੇ ਤੂਫਾਨ ਵਾਂਗ ਆਵੇਗੀ ਅਤੇ ਤੁਹਾਡੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਵੇਗਾ ਤਦ ਤੁਸੀਂ ਪੀੜਾਂ ਦੇ ਦੁੱਖ ਨਾਲ ਭਰ ਜਾਵੋਗੇ ਤਦ ਉਸ ਵੇਲੇ ਤੁਸੀਂ ਮੈਨੂੰ ਬੁਲਾਵੋਗੇ ਪਰ ਮੈਂ ਕੋਈ ਉੱਤਰ ਨਹੀਂ ਦੇਵਾਂਗੀ ਤੁਸੀਂ ਮੈਨੂੰ ਲੱਭੋਗੇ ਪਰ ਮੈਂ ਤੁਹਾਨੂੰ ਨਹੀਂ ਮਿਲਾਂਗੀ ਕਿਉਂਕਿ ਤੁਸੀਂ ਕਦੀ ਵੀ ਬੁੱਧੀ ਦੀ ਪਰਵਾਹ ਨਾ ਕੀਤੀ ਅਤੇ ਪ੍ਰਭੂ ਦਾ ਡਰ ਨਹੀਂ ਮੰਨਿਆ ਹੈ ਤੁਸੀਂ ਕਦੀ ਵੀ ਮੇਰੀ ਸਲਾਹ ਨਾ ਮੰਨੀ ਅਤੇ ਮੇਰੀ ਤਾੜਨਾ ਦੀ ਪਰਵਾਹ ਨਾ ਕੀਤੀ ਤਦ ਤੁਸੀਂ ਆਪਣੇ ਕੀਤੇ ਦਾ ਬਦਲਾ ਪਾਓਗੇ ਅਤੇ ਆਪਣੀਆਂ ਹੀ ਚਾਲਾਂ ਵਿੱਚ ਫਸ ਜਾਵੋਗੇ ਅਨਪੂਰਹਿਤ ਲੋਕ ਮਾਰੇ ਗਏ ਕਿਉਂਕਿ ਉਹਨਾਂ ਬੁੱਧੀ ਨੂੰ ਸਵੀਕਾਰ ਨਾ ਕੀਤਾ ਅਤੇ ਮੂਰਖ ਇਸ ਲਈ ਨਾਸ਼ ਹੋ ਗਏ ਕਿਉਂਕਿ ਉਹਨਾਂ ਬੁੱਧੀ ਦੀ ਕੋਈ ਪਰਵਾਹ ਨਾ ਕੀਤੀ ਪਰ ਜੋ ਮਨੁੱਖ ਮੇਰੀ ਸੁਨੇਗਾ ਉਹ ਸੁਰੱਖਿਅਤ ਰਹੇਗਾ ਉਹ ਪੂਰੇ ਆਰਾਮ ਨਾਲ ਰਹੇਗਾ ਅਤੇ ਉਸ ਨੂੰ ਵਿਪਤਾ ਡਰਾ ਨਾ ਸਕੇਗੀ